ਕਰਨਾਲ ਦੇ ਪਿੰਡ ਬੁੱਢਾ ਖੇੜਾ ਵਿੱਚ ਨਿਰਮਾਣ ਅਧੀਨ ਮਕਾਨ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀ ਭੱਠੀ ਚਲਾ ਰਹੇ ਵਿਅਕਤੀ ਨੂੰ ਸੀਆਈਏ ਸਟਾਫ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗ੍ਰਿਫਤ ਵਿੱਚ ਲਏ ਵਿਅਕਤੀ ਪਾਸੋਂ ਵੱਡੀ ਮਾਤਰਾ ਵਿੱਚ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ, ਜਿਸ ਵਿੱਚ 109 ਲੀਟਰ ਕੱਚੀ ਸ਼ਰਾਬ, 809 ਲੀਟਰ ਲਾਨ ਭੱਠੀ ਅਤੇ ਹੋਰ ਸਮਾਨ ਸ਼ਾਮਿਲ ਹੈ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮਲਕੀਤ ਸਿੰਘ ਅਤੇ ਗੁਰਮੀਤ ਸਿੰਘ ਨਾਮ ਦੇ ਦੋ ਸਕੇ ਭਰਾ ਕਾਫੀ ਲੰਮੇ ਸਮੇਂ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦਾ ਧੰਦਾ ਕਰ ਰਹੇ ਸਨ, ਜਿਨ੍ਹਾਂ ਚੋਂ ਗੁਰਮੀਤ ਸਿੰਘ ਪੁਲਿਸ ਦੇ ਅੜਿੱਕੇ ਆ ਗਿਆ, ਜਦਕਿ ਮਲਕੀਤ ਸਿੰਘ ਫਰਾਰ ਹੈ। ਕਾਫੀ ਮਾਤਰਾ ਮੇਂ ਗੁਰਮੀਤ ਸਿੰਘ ਔਰ ਉਸਕਾ ਭਾਈ ਮਨਜੀਤ ਸਿੰਘ ਜੋ ਨਾ ਦਾਰੂ ਕੱਚੀ ਨਿਕਾਲਨੇ ਕਾ ਕਾਮ ਕਰਤਾ ਹੈ। ਜੋ ਇਸ ਇਤਲਾਹ ਪਰ ਆਪਣੀ ਟੀਮ ਕੇ ਸਾਥ ਪਹੁੰਚੇ ਔਰ ਉਹ ਇੱਕ ਉਨਕਾ ਨਿਰਮਾਣ ਦਿਨ ਮਕਾਨ ਥਾ ਉਸਕੇ ਅੰਦਰ ਸੇ ਹਮਨੇ ਜਬ ਚੈੱਕ ਕੀਆ ਤੋ ਉਸਕਾ ਗੁਰਮੀਤ ਸਿੰਘ ਵਰਕਿੰਗ ਸਟਿਲ ਆਪਣਾ ਭੱਠੀ ਚਲਾ ਰਹਾ ਥਾ, ਜਿਸ ਕੋ ਰੈਡ ਹੈਡ ਨੂੰ ਪਕੜਾ ਗਿਆ ਔਰ ਪਿੱਛੇ ਨੂੰ ਜਾ ਕੇ ਦੇਖਾ ਗਿਆ ਤੋ ਕਰੀਬ 4 ਡਰਮ ਲਾਹਨ, ਜਿਸਕੇ ਅੰਦਰ 800 ਲੀਟਰ ਲਾਹਨ ਥਾ ਔਰ 109 ਬੋਟਲ ਜੋ ਉਸ ਦਾਰੂ ਕੱਚੀ ਨਿਕਾਲ ਚੁੱਕਾ ਥਾ ਉਹ ਹਮੇ ਬਰਾਮਦ ਹੋਈ। ਇਸਕੇ ਇਲਾਵਾ ਕਰੀਬ ਕਾਫੀ ਡਰਮ ਖਾਲੀ ਔਰ ਡਰਮੀਆਂ